ਦੋਸਤੋ ਇਸ ਵਾਰ ਅਤੇ ਲਗਾਤਾਰ ਜੇਕਰ ਤੁਸੀਂ ਨਰਮੇ ਦੀ ਸਫਲ ਕਾਸ਼ਤ ਕਰਨ ਦੇ ਚਾਹਵਾਨ ਹੋ ਤਾਂ ਇਸ ਗੱਲਬਾਤ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਸਬਰ ਅਤੇ ਧਿਆਨ ਨਾਲ ਸੁਣਿਓ। ਗੱਲ ਥੋੜ੍ਹੀ ਜਿਹੀ ਲੰਮੀ ਹੋ ਜਾਣੀ ਹੈ ਪਰ ਯਕੀਨ ਦਿਵਾਉਣਾ ਤੁਹਾਡੇ ਲਈ ਬੇਹੱਦ ਉਪਯੋਗੀ ਅਤੇ ਲਾਹੇਵੰਦ ਸਿੱਧ ਹੋਵੇਗੀ ਇਸ ਗੱਲਬਾਤ ਰਾਹੀਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬੜੀ ਖਾਲਾ। ਦੋਸਤੋ ਆਪਾਂ ਸਾਰੇ ਜਾਣਦੇ ਹਾਂ ਬੀਤੇ ਸਾਲ ਗੁਲਾਬੀ ਸੁੰਡੀ ਨੇ ਨਰਮਾ ਪੱਟੀ 'ਚ ਭਿਆਨਕ ਤਬਾਹੀ ਮਚਾਈ। ਕਿਸਾਨਾਂ ਦੇ ਘਰਾਂ 'ਚ ਨਰਮੇ ਦੀ ਬਜਾਏ ਨਰਮੇ ਨਾਲ ਜੁੜਿਆ ਹੋਇਆ ਦੁੱਖ ਪਹੁੰਚਿਆ। ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਲੱਗੀ। ਮਾਨਸਿਕ ਤੌਰ 'ਤੇ ਕਿਸਾਨ ਵਲੂੰਦਰੇ ਗਏ। ਸਰਕਾਰਾਂ ਮੁਆਵਜ਼ਾ ਐਲਾਨਦੀਆਂ ਰਹੀਆਂ ਅਤੇ ਉਹ ਮੁਆਵਜ਼ਾ ਕਿਹਨੂੰ ਮਿਲਿਆ, ਕਿਹਨੂੰ ਨਹੀਂ ਮਿਲਿਆ, ਕਿੰਨਾ ਮਿਲਿਆ, ਕਿੰਨਾ ਨਹੀਂ ਮਿਲਿਆ, ਇਸ ਦਾ ਕੋਈ ਪਤਾ ਨਹੀਂ। ਸਵਾਲ ਇਹ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਤਾਂ ਕਿਉਂ ਹੋਇਆ? ਇਸ ਸ੍ਰਿਸ਼ਟੀ ਦੇ ਵਿੱਚ ਜੋ ਵੀ ਕੁਝ ਵਾਪਰਦਾ ਹੈ ਉਹ ਬਿਨਾਂ ਕਾਰਨ ਨਹੀਂ ਵਾਪਰਦਾ, ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ। ਹਰ ਘਟਨਾਕ੍ਰਮ ਦੇ ਪਿੱਛੇ, ਹਰ ਵਰਤਾਰੇ ਦੇ ਪਿੱਛੇ ਇੱਕ ਕਾਰਨ ਜ਼ਰੂਰ ਹੁੰਦਾ ਅਤੇ ਜੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਤਾਂ ਉਸ ਹਮਲੇ ਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਏਗਾ। ਕੀ ਹੈ ਉਹ ਕਾਰਨ? ਜਵਾਬ ਇਸ ਸਵਾਲ ਦਾ ਲੱਭੋ ਅਤੇ ਜੇ ਤੁਸੀਂ ਇਸ ਸਵਾਲ ਦਾ ਜਵਾਬ ਲੱਭ ਲਿਆ ਤਾਂ ਮੈਂ ਸ਼ਰਤੀਆ ਇਹ ਕਹਿਣਾ ਕਿ ਤੁਹਾਡੀ ਨਰਮੇ ਦੀ ਖੇਤੀ ਸਮੇਤ ਕਿਸੇ ਵੀ ਖੇਤੀ 'ਚ ਕੋਈ ਵੀ ਕੀੜਾ ਕਦੇ ਵੀ ਹਮਲਾਵਰ ਹੋ ਕੇ ਆਏਗਾ ਹੀ ਨਹੀਂ। ਕੀ ਹੈ ਜਵਾਬ? ਸੁਣੋ, ਮੇਰੀ ਜਿੰਨੀ ਕੁ ਸਮਝ ਆ ਉਹਦੇ ਮੁਤਾਬਕ। ਦੋਸਤੋ ਸ੍ਰਿਸ਼ਟੀ 'ਚ ਦੋ ਤਰ੍ਹਾਂ ਦੇ ਜੀਵ ਪਾਏ ਜਾਂਦੇ ਆ, ਇੱਕ ਨੈਗੇਟਿਵ ਐਨਰਜੀ ਵਾਲੇ, ਦੂਸਰੇ ਪੋਜ਼ੀਟਿਵ ਐਨਰਜੀ ਵਾਲੇ। ਮਨੁੱਖ ਅਤੇ ਮਨੁੱਖ ਦੇ ਆਲੇ ਦੁਆਲੇ ਵਿਚਰਨ ਵਾਲੇ ਪਾਲਤੂ ਪਸ਼ੂ ਜਿਹੜੇ ਕਿ ਜੰਗਲਾਂ 'ਚੋਂ ਹੀ ਅਸੀਂ ਪਾਲਤੂ ਬਣਾਏ ਆ, ਸਾਡੀਆਂ ਫਸਲਾਂ, ਇਹ ਸਾਰੇ ਪੋਜ਼ੀਟਿਵ ਐਨਰਜੀ ਵਾਲੇ ਰੁੱਖ ਹੈ। ਫਸਲਾਂ ਦੇ ਵਿੱਚ ਵੀ ਸਾਰੀਆਂ ਫਸਲਾਂ, ਬੂਟਿਆਂ ਦੇ ਵਿੱਚ ਵੀ ਸਾਰੇ ਬੂਟੇ ਪੋਜ਼ੀਟਿਵ ਐਨਰਜੀ ਵਾਲੇ ਨਹੀਂ ਹੁੰਦੇ। ਆਪਾਂ ਉਹਦੀ ਡਿਟੇਲ 'ਚ ਨਹੀਂ ਜਾਣਾ ਪਰ ਮੋਟੇ ਤੌਰ 'ਤੇ ਮਨੁੱਖ, ਮਨੁੱਖ ਦੇ ਪਾਲਤੂ ਪਸ਼ੂ ਅਤੇ ਮਨੁੱਖ ਦੁਆਰਾ ਬੀਜੀਆਂ ਜਾਂਦੀਆਂ ਬਹੁ ਗਿਣਤੀ ਫਸਲਾਂ ਪੋਜ਼ੀਟਿਵ ਐਨਰਜੀ ਵਾਲੇ ਜੀਵ ਹੈ। ਮਨੁੱਖ, ਮਨੁੱਖ ਦੇ ਪਾਲਤੂ ਪਸ਼ੂਆਂ ਅਤੇ ਮਨੁੱਖ ਦੀਆਂ ਫਸਲਾਂ ਨੂੰ ਹਮਲੇ ਦੀ ਹੱਦ ਤੱਕ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਜੀਵ ਹੈ ਉਹ ਨੈਗੇਟਿਵ ਐਨਰਜੀ ਵਾਲੇ ਜੀਵ ਹੁੰਦੇ ਆ। ਨੈਗੇਟਿਵ ਐਨਰਜੀ ਵਾਲੇ ਜੀਵਾਂ ਨੂੰ ਆਪਣੇ ਪਣਪਣ ਅਤੇ ਵਧਣ ਫੁੱਲਣ ਲਈ ਸਿੱਲ, ਹਨੇਰਾ ਅਤੇ ਹੁਮਸ, ਇਹ ਖਾਸ ਮਾਹੌਲ ਚਾਹੀਦਾ। ਜਿੱਥੇ ਸਿੱਲ, ਹਨੇਰੇ ਅਤੇ ਹੁਮਸ ਵਾਲਾ ਮਾਹੌਲ ਹੋਏਗਾ ਉੱਥੇ ਨੈਗੇਟਿਵ ਐਨਰਜੀ ਵਾਲੇ ਜੀਵ ਪਣਪਦੇ ਵੀ ਆ ਵੱਡੇ ਪੱਧਰ 'ਤੇ, ਵੱਧਦੇ ਫੁੱਲਦੇ ਵੀ ਆ ਅਤੇ ਵੱਡਾ ਨੁਕਸਾਨ ਵੀ ਕਰਦੇ ਆ। ਸਾਡੇ ਘਰਾਂ 'ਚ ਇੱਕ ਕਮਰਾ ਹੁੰਦਾ ਸਟੋਰ ਰੂਮ, ਇੱਕ ਹੁੰਦਾ ਡਰਾਇੰਗ ਰੂਮ, ਤਾਂ ਅਸੀਂ ਮਹਿਮਾਨਾਂ ਨੂੰ ਕਿੱਥੇ ਬਿਠਾਉਣੇ ਆ? ਡਰਾਇੰਗ ਰੂਮ 'ਚ। ਕਿਉਂ? ਕਿਉਂਕਿ ਉਹ ਹਵਾਦਾਰ, ਖੁੱਲ੍ਹਾ ਡੁੱਲਾ ਅਤੇ ਰੌਸ਼ਨੀ ਵਾਲਾ ਕਮਰਾ ਹੁੰਦਾ, ਉੱਥੇ ਕਿਸੇ ਤਰ੍ਹਾਂ ਦੀ ਕੋਈ ਸਿੱਲ ਨਹੀਂ ਹੁੰਦੀ। ਸਟੋਰ ਰੂਮ ਦੇ ਵਿੱਚ ਸਿੱਲ ਵੀ ਹੁੰਦੀ ਆ, ਹਨੇਰਾ ਵੀ ਹੁੰਦਾ ਅਤੇ ਬਦਬੂ ਵੀ ਹੁੰਦੀ ਆ, ਹੁਮਸ ਵੀ ਹੁੰਦੀ ਆ। ਡਰਾਇੰਗ ਰੂਮ ਦੇ ਵਿੱਚ ਸਾਫ਼ ਸਫਾਈ ਹੁੰਦੀ ਆ, ਕੋਈ ਕੀੜੇ ਮਕੌੜੇ ਨਹੀਂ ਹੁੰਦੇ, ਪਰ ਸਟੋਰ ਰੂਮ ਦੇ ਵਿੱਚ ਮੱਛਰ, ਮੱਖੀਆਂ, ਮੱਕੜੀਆਂ, ਇਹ ਸਾਰੇ ਜਿਹੜੇ ਹੈਗੇ ਆ ਕੀੜੇ ਮਕੌੜੇ ਵੀ ਹੁੰਦੇ ਆ ਅਤੇ ਨਾਲ ਹੀ ਇੱਕ ਖਾਸ ਤਰ੍ਹਾਂ ਦੀ ਬਦਬੂ ਵੀ ਹੁੰਦੀ ਹੈ। ਇਹ ਬਦਬੂ ਉੱਥੇ ਨਵੀਂ ਰਹਿਣ ਕਰਕੇ ਹੁੰਦੀ ਹੈ, ਨਵੀਂ ਰਹਿਣ ਕਰਕੇ ਜਿਹੜੀ ਉੱਥੇ ਫੰਗਸ ਪੈਦਾ ਹੁੰਦੀ ਆ ਉਹਦੇ ਕਰਕੇ ਇਹ ਬਦਬੂ ਹੁੰਦੀ ਹੈ। ਸੋ ਦੋਸਤੋ, ਜੇਕਰ ਸਟੋਰ ਰੂਮ ਵਾਲਾ ਮਾਹੌਲ ਤੁਸੀਂ ਆਪਣੇ ਖੇਤਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਦਿਓਗੇ ਤਾਂ ਫਸਲਾਂ ਦੇ ਉੱਤੇ
अटैक किसी ना किसी कीड़े का लाजमी होएगा। जेड़े कीड़े लई वह माहौल सब तो ज़्यादा अनुकूल होया वह कीड़ा तुहाडी फसल की जिहड़ी हैगी आ तबाही उठा देगा, तुहाडी फसल का भारी नुकसान करेगा। हुण आपां देखिए कि साडी जिहड़ी नरमे की खेती है उहदे विच किहड़ा माहौल हुंदा। दोस्तों नरमे का जिहड़ा बूटा उहनू आपां देखिए तां उह 3.5 तों लैके 4-5 फुट तक ਦਾ ਏਰੀਆ ਹਵਾ ਦੇ ਵਿੱਚ ਕਵਰ ਕਰ ਜਾਂਦਾ ਜਦੋਂ ਉਹ ਪੂਰਾ ਗਰੋ ਕਰ ਜਾਂਦਾ। ਪਰ ਅਸੀਂ ਨਰਮੇ ਦੀ ਬਜਾਦ ਕਿੱਥੇ ਕਰਦੇ ਹਾਂ? ਕੀ ਅਸੀਂ ਖੇਤ ਦੇ ਵਿੱਚ ਨਰਮੇ ਦੇ ਬੂਟੇ ਨੂੰ ਇੰਨੀ ਜਗ੍ਹਾ ਦਿੰਦੇ ਹਾਂ ਜ਼ਮੀਨ ਦੇ ਉੱਤੇ ਜਿੰਨੀ ਜਗ੍ਹਾ ਉਹ ਪੂਰਾ ਗਰੋ ਕਰਨ ਉਪਰੰਤ ਹਵਾ 'ਚ ਘੇਰਦਾ? ਜਵਾਬ ਹੈ ਨਹੀਂ। ਅਸੀਂ ਨਰਮੇ ਦੀ ਖੇਤੀ ਵੀ ਕਣਕ ਝੋਨੇ ਦੀ ਖੇਤੀ ਵਾਂਗੂ ਸੰਘਣੀ ਖੇਤੀ ਦੇ ਪੈਟਰਨ 'ਤੇ ਕਰਦੇ ਹਾਂ। ਹੁਣ ਖੇਤ ਦੇ ਵਿੱਚ ਨਰਮਾ ਸੰਘਣਾ ਬੀਜਤਾ, ਇੱਕ ਟਾਈਮ ਤੋਂ ਬਾਅਦ ਬੂਟੇ ਇੱਕ ਦੂਜੇ ਦੇ ਵਿੱਚ ਫਸ ਜਾਂਦੇ ਆ, ਨਤੀਜੇ ਵਜੋਂ ਰੌਸ਼ਨੀ ਥੱਲੇ ਤੱਕ ਨਹੀਂ ਆਉਂਦੀ, ਖੇਤ ਦੇ ਵਿੱਚ ਹਵਾ ਘੁੰਮਦੀ ਨਹੀਂ, ਅਤੇ ਜਿਹੜਾ ਪਾਣੀ ਸਮੇਂ ਸਮੇਂ 'ਤੇ ਲਾਇਆ ਜਾਂਦਾ ਉਹ ਪਾਣੀ ਸਿੱਲ ਦੇ ਰੂਪ 'ਚ ਬੂਟਿਆਂ ਅਤੇ ਜ਼ਮੀਨ ਦੇ ਵਿਚਾਲੇ ਲੋਕ ਹੋ ਜਾਂਦਾ, ਕਿਉਂਕਿ ਉਹ ਭਾਫ ਬਣ ਕੇ ਉੱਡਣ ਵਾਲਾ ਜਿਹੜਾ ਸਿਸਟਮ ਸੀਗਾ ਉਹ ਪੱਤਿਆਂ ਦੇ ਆਪਸ ਦੇ ਵਿੱਚ ਫਸਣ ਕਰਕੇ ਲੋਕ ਦਾ ਰੂਪ ਧਾਰ ਲੈਂਦਾ। ਹੁਣ ਖੇਤ ਦੇ ਵਿੱਚ ਮੌਸਮ ਬਣ ਗਿਆ, ਮਾਹੌਲ ਬਣ ਗਿਆ ਸਿੱਲ ਹਨੇਰੇ ਅਤੇ ਹੁੰਮਸ ਵਾਲਾ, ਅਤੇ ਇਹ ਮਾਹੌਲ ਕਿਹਦੇ ਲਈ ਮੁਫੀਦ ਆ? ਕੀੜਿਆਂ ਅਤੇ ਬਿਮਾਰੀਆਂ ਦੇ ਲਈ। ਅਤੇ ਜਿਹੜੇ ਕੀੜੇ ਲਈ ਇਹ ਸਭ ਤੋਂ ਮੁਫੀਦ ਰਹੇਗਾ ਉਹ ਕੀੜਾ ਹਮਲੇ ਦੀ ਹੱਦ ਤੱਕ ਆ ਕੇ ਤੁਹਾਡੀ ਫਸਲ ਨੂੰ ਤਬਾਹ ਕਰੇਗਾ। ਜਿਵੇਂ ਇੱਕ ਵਾਰ ਮੀਲੀ ਬੱਗ ਨੇ ਤਬਾਹੀ ਮਚਾਈ ਸੀ, ਫਿਰ ਚਿੱਟੇ ਮੱਛਰ ਨੇ ਤਬਾਹੀ ਮਚਾਈ, ਅਤੇ ਇਸ ਵਾਰ ਗੁਲਾਬੀ ਸੁੰਡੀ ਨੇ ਤਬਾਹੀ ਮਚਾਈ। ਦੋਸਤੋ ਸੰਘਣੀ ਖੇਤੀ ਆਪਣੀ ਬਰਬਾਦੀ ਨੂੰ ਸੱਦਾ। ਇਹ ਸੰਘਣੀ ਖੇਤੀ ਵਾਲਾ ਜਿਹੜਾ ਮਾਡਲ ਆ ਇਹਨੂੰ ਤਿਆਗੋ, ਖੇਤੀ ਨੂੰ ਵਿਰਲੀ ਕਰੋ, ਹਵਾਦਾਰ ਕਰੋ, ਰੌਸ਼ਨੀ ਭਰਪੂਰ ਕਰੋ, ਸਿੱਲ ਮੁਕਤ ਕਰੋ। ਲੋੜ ਤੋਂ ਜ਼ਿਆਦਾ ਸਿੱਲ ਖੇਤੀ ਨੂੰ ਬਰਬਾਦ ਕਰਦੀ ਹੈ। ਉਹਦੇ ਲਈ ਤੁਹਾਨੂੰ ਫਸਲ ਜਿਹੜੀ ਹੈਗੀ ਆ ਵਿਰਲੀ ਬੀਜਣੀ ਪਏਗੀ। ਜਿਹੜੀ ਵਰਾਇਟੀ ਦਾ ਨਰਮਾ ਤੁਸੀਂ ਬੀਜਦੇ ਹੋ ਉਹਦੇ ਬਾਰੇ ਤੁਹਾਨੂੰ ਧਿਆਨ 'ਚ ਹੋਣਾ ਚਾਹੀਦਾ ਕਿ ਉਹ ਪੂਰਾ ਗਰੋ ਕਰਨ ਉਪਰੰਤ ਬੂਟਾ ਕਿੰਨੀ ਕੁ ਜਗ੍ਹਾ ਘੇਰ ਲੈਂਦਾ। ਜਿੰਨੀ ਜਗ੍ਹਾ ਉਹ ਜ਼ਮੀਨ 'ਤੇ ਹਵਾ 'ਚ ਘੇਰਦਾ ਉਹਨੂੰ ਉਨੀ ਜਗ੍ਹਾ ਜ਼ਮੀਨ 'ਤੇ ਦਿਓ, ਮਤਲਬ ਘੱਟੋ ਘੱਟ 4.5 ਫੁੱਟ ਦੀ ਦੂਰੀ 'ਤੇ ਲਾਈਨ ਤੋਂ ਲਾਈਨ ਅਤੇ ਬੂਟੇ ਤੋਂ ਬੂਟਾ ਨਰਮੇ ਦੀ ਬਜਾਂਦ ਕਰੋ। ਇਹਦੇ ਨਾਲ ਉੱਥੇ ਜਿਹੜਾ ਹੈਗਾ ਮਾਹੌਲ ਹੀ ਬਦਲ ਜਾਏਗਾ, ਰੌਸ਼ਨੀ ਥੱਲੇ ਤੱਕ ਆਏਗੀ, ਹਵਾ ਲਗਾਤਾਰ ਸਰਕੂਲੇਟ ਕਰੇਗੀ, ਅਤੇ ਪਾਣੀ ਲਾਉਣ ਉਪਰੰਤ ਜਿਹੜੀ ਸਿੱਲ ਹੈਗੀ ਹੈ ਉਹ ਭਾਫ ਦੇ ਰੂਪ 'ਚ ਬੂਟਿਆਂ ਅਤੇ ਜ਼ਮੀਨ ਦੇ ਵਿਚਾਲੇ ਲੋਕ ਹੋਣ ਦੀ ਬਜਾਏ ਅਸਮਾਨ 'ਚ ਚਲੀ ਜਾਏਗੀ। ਨਤੀਜੇ ਵਜੋਂ ਨੈਗੇਟਿਵ ਐਨਰਜੀ ਵਾਲੇ ਜਿਹੜੇ ਕੀੜੇ ਆ ਸਣੇ ਗੁਲਾਬੀ ਸੁੰਡੀ ਉਹਨਾਂ ਦੇ ਪਣਪਣ ਅਤੇ ਵਧਣ ਫੁੱਲਣ ਲਈ ਖੇਤ ਦੇ ਵਿੱਚ ਨਾ ਤਾਂ ਮਾਹੌਲ ਹੋਏਗਾ ਅਤੇ ਨਾ ਹੀ ਜਗ੍ਹਾ ਹੋਏਗੀ। ਹਾਂ, ਇਹ ਕੀੜੇ ਦੀ ਆਮਦ ਜ਼ਰੂਰ ਹੋ ਸਕਦੀ ਹੈ, ਹਮਲੇ ਦੀ ਹੱਦ ਤੱਕ ਉਹ ਕੀੜੇ ਨਹੀਂ ਜਾਣਗੇ, ਅਤੇ ਜਿਹੜੀ ਆਮਦ ਹੁੰਦੀ ਹੈ ਉਸ ਆਮਦ ਨੂੰ ਸੰਭਾਲਣ ਲਈ ਨਜਿੱਠਣ ਲਈ ਤੁਹਾਡੇ ਖੇਤਾਂ ਦੇ ਵਿੱਚ ਕੁਦਰਤ ਵੱਲੋਂ ਮਾਸਾਹਾਰੀ ਕੀੜਿਆਂ ਦਾ ਵੱਡ ਪੱਧਰਾ ਅਤੇ ਸੋਹਣਾ ਪ੍ਰਬੰਧ ਕੀਤਾ ਜਾਂਦਾ। ਇਸ ਕਰਕੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੇ ਮਾਸਾਹਾਰੀ ਕੀੜੇ ਆ, ਕਿਹੜੇ ਸ਼ਾਕਾਹਾਰੀ ਕੀੜੇ ਆ, ਤੁਹਾਨੂੰ ਇਹਨਾਂ ਦੀ ਪਹਿਚਾਣ ਹੋਣੀ ਚਾਹੀਦੀ ਆ। ਸ਼ਾਕਾਹਾਰੀ ਕੀੜੇ ਤੁਹਾਡੀ ਫਸਲ 'ਤੇ ਪਲਦੇ ਆ, ਮਾਸਾਹਾਰੀ ਕੀੜੇ ਸ਼ਾਕਾਹਾਰੀ ਕੀੜਿਆਂ 'ਤੇ ਪਲਦੇ ਆ, ਅਤੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਪਹਿਲਾਂ ਬਣੀ ਪ੍ਰਲਭਤ ਪਛੇ ਬਣਾ ਸਰੀਰ, ਪਹਿਲਾਂ ਪਰਮਾਤਮਾ ਖੁਰਾਕ ਦਾ ਬੰਦੋਬਸਤ ਕਰਦਾ ਅਤੇ ਫਿਰ ਖਾਣ ਵਾਲਿਆਂ ਨੂੰ ਭੇਜਦਾ।
ਇਹ ਕੀੜੇ ਭੋਜਨ ਚੱਕਰ ਦਾ ਹਿੱਸਾ, ਭੋਜਨ ਲੜੀ ਦਾ ਹਿੱਸਾ। ਸੋ ਜੇ ਫਸਲ ਹੈਗੀ ਆ ਤਾਂ ਫਸਲ ਉੱਤੇ ਸ਼ਾਕਾਹਾਰੀ ਕੀੜੇ ਆਉਣਗੇ ਅਤੇ ਸ਼ਾਕਾਹਾਰੀ ਕੀੜਿਆਂ ਨੂੰ ਛਕਣ ਵਾਸਤੇ ਮਾਸਾਹਾਰੀ ਕੀੜੇ ਵੀ ਆਉਣਗੇ। ਜੇ ਤੁਸੀਂ ਫਸਲ ਸਹੀ ਤਰੀਕੇ ਨਾਲ ਬੀਜੀ ਹੈ ਤਾਂ ਆਮਦ ਹੋਏਗੀ, ਜੇ ਗਲਤ ਤਰੀਕੇ ਨਾਲ ਬੀਜੀ ਹੈ ਤਾਂ ਹਮਲਾ ਹੋਏਗਾ। ਆਮਦ ਨੂੰ ਕੁਦਰਤ ਦੇ ਮਾਸਾਹਾਰੀ ਕੀੜੇ ਨਜਿੱਠ ਲੈਂਦੇ ਆ, ਪਰ ਹਮਲੇ ਨੂੰ ਨਜਿੱਠਣਾ ਕਈ ਵਾਰੀ ਉਹਨਾਂ ਦੇ ਵੀ ਵੱਸ ਦਾ ਨਹੀਂ ਰਹਿ ਜਾਂਦਾ। ਸੋ ਕਿਰਪਾ ਕਰਕੇ ਆਪਣੀ ਨਰਮੇ ਦੀ ਖੇਤੀ ਨੂੰ ਜਿਹੜਾ ਹੈਗਾ ਜਿਵੇਂ ਮੈਂ ਦੱਸਿਆ ਉਸ ਹਿਸਾਬ ਨਾਲ ਵਿਰਲਾ ਕਰਕੇ ਬੀਜੋ, ਤੁਹਾਨੂੰ ਉਹਦਾ ਜ਼ਬਰਦਸਤ ਰਿਜ਼ਲਟ ਮਿਲੇਗਾ। ਇਹ ਪਹਿਲਾ ਪੁਆਇੰਟ ਸੀ। ਹੁਣ ਦੂਸਰਾ ਪੁਆਇੰਟ ਹੈ, ਜ਼ਮੀਨ ਦੀ ਤਿਆਰੀ ਜੇ ਤੁਸੀਂ ਸਹੀ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਵੀ ਗੁਲਾਬੀ ਸੁੰਡੀ ਜਾਂ ਕਿਸੇ ਵੀ ਪ੍ਰਕਾਰ ਦੇ ਕੀੜੇ ਦੇ ਹਮਲੇ ਤੋਂ ਤੁਸੀਂ ਆਪਣੀ ਫਸਲ ਨੂੰ ਬਚਾਉਣ ਦਾ ਉਪਰਾਲਾ ਐਡਵਾਂਸ 'ਚ ਹੀ ਕਰ ਲੈਂਦੇ ਹੋ। ਕਣਕ ਵੱਢਣ ਉਪਰੰਤ ਜਲਦੀ ਤੋਂ ਜਲਦੀ ਤੂੜੀ ਵਗੈਰਾ ਬਣਾ ਕੇ ਖੇਤ ਨੂੰ ਸੁੱਕਾ ਡੂੰਘਾ ਵਾਹ ਦਿਓ। ਇਹਦੇ ਨਾਲ ਕੀ ਹੋਏਗਾ, ਜਿਹੜੇ ਗੁਲਾਬੀ ਸੁੰਡੀ ਸਮੇਤ ਕਿਸੇ ਵੀ ਸੁੰਡੀ ਦੇ ਪਿਊਪੇ ਹੈ ਉਹ ਜ਼ਮੀਨ ਦੇ ਵਿੱਚ ਡੂੰਘੇ ਚਲੇ ਜਾਣਗੇ। ਕੁਝ ਪਿਊਪੇ ਮਿੱਟੀ ਦੇ ਵਿੱਚ 2 ਇੰਚ ਤੱਕ ਪਏ ਹੁੰਦੇ ਆ, ਕੁਝ ਪਿਊਪੇ 8 ਇੰਚ ਤੱਕ ਡੂੰਘੇ ਪਏ ਹੁੰਦੇ ਆ। ਜਦੋਂ ਤੁਸੀਂ ਵਾਹਣ ਨੂੰ ਸੁੱਕਾ ਡੂੰਘਾ ਵਾਹ ਕੇ 2-4-5 ਧੁੱਪਾਂ ਲਵਾਓਗੇ ਤਾਂ ਕੀ ਹੋਏਗਾ, ਜਿਹੜੇ 8 ਇੰਚ ਡੂੰਘੇ ਪਿਊਪੇ ਸੀ ਉਹ ਉੱਪਰ ਆ ਕੇ ਧੁੱਪ ਨਾਲ ਅਤੇ ਪੰਛੀਆਂ ਦੇ ਚੁਗਣ ਨਾਲ ਖਤਮ ਹੋ ਜਾਣਗੇ, ਅਤੇ ਜਿਹੜੇ 2 ਇੰਚ ਡੂੰਘੇ ਪਏ ਸੀ ਉਹ 8 ਇੰਚ ਡੂੰਘੇ ਚਲੇ ਜਾਣਗੇ, ਅਤੇ ਜਿਹੜੇ 2 ਇੰਚ ਡੂੰਘੇ ਪਏ ਸੀ ਉਹ 8 ਇੰਚ ਡੂੰਘੇ ਜਦੋਂ ਜਾਵੜੇ ਉਹਨਾਂ ਵਿੱਚੋਂ ਪਤੰਗਾ ਨਹੀਂ ਨਿਕਲੇਗਾ। ਮਤਲਬ ਤੁਸੀਂ ਕੀੜਿਆਂ ਦਾ ਜਿਹੜਾ ਸੁੰਡੀ ਦਾ ਜਿਹੜਾ ਜੀਵਨ ਚੱਕਰ ਹੈ ਉਹਦੇ 'ਤੇ ਅਟੈਕ ਕਰਨਾ। ਸੁੰਡੀ ਦਾ ਜੀਵਨ ਚੱਕਰ ਸਮਝਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹ 4 ਸਟੇਜਾਂ ਦਾ, ਪਹਿਲੀ ਸਟੇਜ ਪਤੰਗਾ, ਦੂਜੀ ਸਟੇਜ ਆਂਡਾ, ਤੀਜੀ ਸਟੇਜ ਲਾਰਵਾ ਅਤੇ ਚੌਥੀ ਸਟੇਜ ਪਿਊਪਾ। ਤਾਂ ਜਦੋਂ ਤੁਸੀਂ ਸੁੱਕਾ ਡੂੰਘਾ ਵਾਹਤਾ ਤਾਂ ਪਿਊਪੇ ਵਾਲੀ ਸਟੇਜ ਨੂੰ ਤੁਸੀਂ ਵੱਡੇ ਪੱਧਰ 'ਤੇ ਕੰਟਰੋਲ ਕੀਤਾ। ਹੁਣ ਪਿਊਪੇ ਦੇ ਵਿੱਚੋਂ ਜਦੋਂ ਪਤੰਗਾ ਹੀ ਨਾ ਨਿਕਲਿਆ ਤਾਂ ਆਂਡੇ ਕਿਹਨੇ ਦੇਣੇ। ਮਤਲਬ ਤੁਸੀਂ ਬਹੁਤ ਹੱਦ ਤੱਕ ਪਤੰਗੇ ਜਿਹੜੇ ਹੈਗੇ ਆ ਉਹਨਾਂ ਦੀ ਰੋਕਥਾਮ ਕਰਤੀ। ਫਿਰ ਵੀ ਜਿਹੜੇ ਪਤੰਗੇ ਨਿਕਲਣਗੇ ਉਹਨਾਂ ਨੇ ਆਂਡੇ ਤਾਂ ਦੇਣੇ ਹੀ ਆ। ਹੁਣ ਕੁਦਰਤ ਦੇ ਵਿੱਚ ਇਹਨਾਂ ਆਂਡਿਆਂ ਦੀ ਰੋਕਥਾਮ ਕਰਨ ਦਾ ਇੱਕ ਬਹੁਤ ਹੀ ਜ਼ਬਰਦਸਤ ਜਿਹੜਾ ਹੈਗਾ ਤਰੀਕਾ, ਉਹ ਤਰੀਕਾ ਦੱਸਣ ਤੋਂ ਪਹਿਲਾਂ ਆਪਾਂ ਜੋ ਕਰਨਾ ਉਹ ਤੁਹਾਨੂੰ ਦੱਸ ਦਿਆਂ। ਮੱਸਿਆ ਵਾਲੇ ਦਿਨ ਸ਼ਾਮ ਨੂੰ ਕੋਈ ਵੀ ਕੌੜਾ ਘੋਲ ਆਪਣੀ ਫਸਲ ਦੇ ਉੱਤੇ ਲਾਜ਼ਮੀ ਛਿੜਕਿਆ ਕਰੋ, ਜਿਹੜੀ ਵੀ ਫਸਲ ਆ। ਇਹ ਕੌੜਾ ਘੋਲ ਨਿੰਮ ਦੇ ਪੱਤਿਆਂ ਦਾ, ਅੱਕ ਦੇ ਪੱਤਿਆਂ ਦਾ, ਨਿੰਮ, ਅੱਕ, ਧਤੂਰਾ ਸਾਰਾ ਕੁਛ ਰਲਾ ਮਿਲਾ ਕੇ ਜਿਹੜੇ ਵੀ ਕੌੜੇ ਪੱਤੇ ਹੈਗੇ ਆ, ਅਰਿੰਡ ਵਗੈਰਾ, ਉਹਨਾਂ ਦਾ ਕੌੜਾ ਘੋਲ ਬਣਾਓ। ਉਹਨਾਂ ਨੂੰ 40 ਕਿਲੋ ਪੱਤਿਆਂ ਨੂੰ 100 ਲੀਟਰ ਵੇਸਟ ਡੀਕੰਪੋਜ਼ਰ ਦੇ ਵਿੱਚ ਪਾ ਕੇ ਰੱਖੋ। 4 ਤੋਂ 10 ਦਿਨਾਂ ਦੇ ਵਿੱਚ ਇਹ ਜਿਹੜਾ ਕੌੜਾ ਘੋਲ ਹੈ ਉਹ ਤਿਆਰ ਹੋ ਜਾਏਗਾ। ਅਤੇ ਇਸ ਕੌੜੇ ਘੋਲ ਨੂੰ 10 ਕੁ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 90 ਲੀਟਰ ਪਾਣੀ 'ਚ ਮਿਲਾ ਕੇ ਹਰ ਮਹੀਨੇ ਮੱਸਿਆ ਵਾਲੇ ਦਿਨ ਸ਼ਾਮ ਦੇ ਸਮੇਂ ਆਪਣੀ ਫਸਲ ਦੇ ਉੱਤੇ ਸਪਰੇਅ ਕਰੋ। ਹੁਣ ਇਹਦੇ ਨਾਲ ਹੁੰਦਾ ਕੀ ਆ, ਜਿਹੜੀ ਮਾਦਾ ਪਤੰਗਾ ਨਾ ਉਹ ਬਹੁਤ ਸੈਂਸਿਟਿਵ ਹੁੰਦੀ ਆ ਆਪਣੇ ਬੱਚਿਆਂ ਨੂੰ ਲੈ ਕੇ। ਹੁੰਦਾ ਕੀ ਹੈ, ਕੁਦਰਤ ਦੇ ਵਿੱਚ ਨਰ ਅਤੇ ਮਾਦਾ ਪਤੰਗੇ ਦਾ ਮੇਲ ਹਨੇਰ ਪੱਖ 'ਚ ਹੁੰਦਾ ਅਤੇ ਅਗਲੇ ਚਾਨਣ ਪੱਖ 'ਚ ਅਗਲੇ 2-3 ਦਿਨਾਂ ਦੇ ਵਿੱਚ ਮਾਦਾ ਪਤੰਗਾ ਨੇ ਆਂਡੇ ਦੇ ਕੇ ਪੂਰੀ ਹੋ ਜਾਣਾ ਹੁੰਦਾ, ਮਤਲਬ ਮਰ ਜਾਣਾ ਹੁੰਦਾ। ਮਾਦਾ ਪਤੰਗਾ ਆਂਡੇ ਦੇਣ ਤੋਂ ਪਹਿਲਾਂ ਇੱਕ ਸਰਵੇ ਕਰਦੀ ਹੈ ਅਤੇ ਇਹ ਸ਼ੋਰ ਕਰਦੀ ਹੈ ਕਿ ਜਿੱਥੇ ਮੈਂ ਆਂਡੇ ਦੇ ਰਹੀ ਹਾਂ ਉਸ ਜਗ੍ਹਾ 'ਤੇ ਆਂਡਿਆਂ 'ਚ ਨਿਕਲਣ ਤੋਂ ਬਾਅਦ ਮੇਰੇ ਬੱਚਿਆਂ ਨੂੰ ਕੋਈ ਖਤਰਾ ਤਾਂ ਨਹੀਂ। ਜੇ ਉਹਨੂੰ ਲੱਗੇ ਵੀ ਕੋਈ ਖਤਰਾ ਤਾਂ ਉਹ ਉਸ ਜਗ੍ਹਾ 'ਤੇ ਆਂਡੇ ਹੀ ਨਹੀਂ ਦਿੰਦੀ। ਤਾਂ ਇਹਦਾ ਮਤਲਬ ਕੀ ਆ, ਜੇ ਤੁਸੀਂ ਖੇਤ ਨੂੰ ਕੌੜਾ ਕਰਤਾ, ਮਾਦਾ ਪਤੰਗਾ ਜਿਹਨੇ ਕਿ 2-3 ਦਿਨਾਂ ਦੇ ਵਿੱਚ ਆਂਡੇ ਦੇ ਕੇ
पूरी हो जाना, वो तुहाडे खेत आई उन्हू खेत कौड़ा जापिया तो वह तुहाडे खेत च एग लेंगी नहीं करेगी, आंडे ही नहीं देगी। जदों आंडे ही ना होए तो सुंडी आऊ, जवाब है नहीं। तो एक तो तुसी आपदे वल्लों ये काम करना, तो कुदरत दे विच की है, आंडे दे विच आंडा दे के आंडे नू ही खत्म करन वाले जीव कुदरत ने साडियां फसलां दी रख्या लई पहले ही ड्यूटी ला रखे है। एक सूखम जीव है, सूखम नू इसलिए कह रहा कि वह कीड़ी जिड्डा, उहदे खंभ हुंदे आ, कीड़ी कि जिड्डा जीव है, उहदा नां हैगा ट्राइकोग्रामा। ट्राइकोग्रामा एक अजिहा कीड़ा है जिहड़ा सुंडियां दे आंडियां च आंडे दे के अपना बच्चा पैदा करदा, ते उह बच्चा सुंडी दे आंडे नू अंदर अंदर खा के खत्म कर दिंदा। मतलब सुंडी दे आंडे चों हुण सुंडी नहीं निकलूगी, ट्राइकोग्रामा दा बालग निकलूगा तैयार होकर। तो आंडे दे विच आंडा दे के आंडियां नू खत्म करन वाला सिस्टम कुदरत दे विच। उस तो अगे जाओ, सुंडियां दे शरीर च आंडे दे के सुंडियां नू अंदर अंदर खा के खत्म करन वाला सिस्टम भी कुदरत दे विच। एक मक्खी है करकीन वर्गी, उहदा नां हैगा ब्रैकन। जिहड़े पुराने बांस हुंदे आ उहनां चों बसेरा करदी आ, कई बार मिट्टी च भी रहिंदी है, ते ओह मक्खी की करदी है लारवियां दे मतलब सुंडियां दे शरीर च अपने आंडे रखदी है। एक सुंडी दे शरीर च अनेक आंडे रख दिंदी है, उहनां आंडियां चों बच्चे निकल के सुंडी नूं अंदरे अंदर खांदे आ ते मोरियां करके बाहर आउंदे आ, लमकण लग जांदे आ, ते फिर उहनां दे उत्थे प्यूपे बन जांदे आ, प्यूपियां दे विच्चों फिर उही मक्खी निकलदी है ते ओह अगे जाके फिर आंडे देण वाला काम करदी है। एक मझ वाली मक्ख हुंदी आ, मझां वाली मक्ख, ओह मक्ख भी सुंडियां दे शरीर च आंडे दे के सुंडियां नूं अंदरे अंदर खा के उहदा बच्चा खत्म करदा। मतलब आंडियां नूं भी खत्म करन वाला सिस्टम है कुदरत दे विच, सुंडियां नूं भी खत्म करन वाला सिस्टम दित्ता होया कुदरत ने। उस तो बाद आ जाती है गल प्यूपे की। कुछ अजिहे परजीवी कीड़े भी हैगे आ जिहड़े प्यूपियां दे विच अपने आंडे रख के प्यूपे नूं ही खत्म कर दिंदे आ अंदरे अंदर। प्यूपा की हुंदा, लारवा सुंडी जदों अपनी स्टेज पूरी कर जांदी है लाइफ साइकल दी, सुंडी वाली स्टेज वह पूरी कर जांदी है, तो वह अपने उत्ते एक खोल लपेट लैंदी है। तो खोल लपेटी हुई सुंडी नूं आपां कहिंदे आ प्यूपा। हुण वह समाधि अवस्था च चली गई है खोल लपेट के। हुण जदों समाधि अवस्था पूरी हो जाएगी तो वह सुंडी पतंगे दे रूप च कन्वर्ट होकर प्यूपे चों बाहर आऊगी। तो जदों किसी परजीवी कीड़े ने प्यूपे दे विच ही आंडा देता तो उस आंडे चों बच्चा निकल के प्यूपे दे अंदर जिहड़ी सुंडी समाधि अवस्था च पई है उहनू खा गया तो पतंगा बाहर आऊ, जवाब है नहीं, पतंगा बाहर ही नहीं आऊ। जदों पतंगा ही नहीं आया तो आंडे किने देने, ये समझने वाली गल है। ये तुहानू कोई खेतीबाड़ी यूनीवर्सिटी वाला जां खेतीबाड़ी महकमे वाला समझाउंदा, कदे दसदा कोई किसी ने पाया चानना अज तक के देते? वो तो पेस्टीसाइडा दी सिफारशां करदे आ क्योंकि उत्थों मोटे मोटे कमीशन मिलदे आ, उहदे नाल कल्ला पेस्टीसाइड इंडस्ट्री नहीं चलती, डॉक्टरां वाली इंडस्ट्री भी चलती है। तो जिहड़ियां कंपनियां पेस्टीसाइड बनाउंदियां उही तुहाडियां दवाइयां भी बनाउंदियां। पहला जहर छिड़क छिड़क के छिड़का छिड़का के तुहानू बीमार करदे आ, तो फिर तुहानू इलाज के नाँ ते दवाइयां बेचते आ। समझने वालियां गल्लां, समझो इन्हां नू। हुण इहदे अलावा कुदरत दे विच होर भी बड़े सिस्टम हैगे आ। एक हैलीकाप्टर वर्गा जीव है जिहनूं ड्रैगन फ्लाई कहिंदे आ, उहदा की काम है? वह पतंगियां नू हवा च उड्डे जांदियां नू फड़ के खा जांदा। इहदे अलावा बहुत सारे पंछी हैगे आ, गुटारा हैगियां, चिड़ियां हैगियां, लम्मा जा लम्मी जी पूछ वाला काला जिहा पंछी आ उहनूं ड्रोंगो कहिंदे आ। कठ फोड़ा हुंदा एक जिहड़ा लक्कड़ दे विच टिक टिक करके सुंडियां भाल के खांदा मोरियां करके, है ना, नीलकंठ भी कह दिंदे आ। इहो जिहे बहुत सारे पंछी आ, चक्की राहे आ, ये सारे जिहड़े हैगे आ
ਸੁੰਡੀਆਂ ਪਤੰਗਿਆਂ ਨੂੰ ਫੜ ਫੜ ਕੇ ਖਾਂਦੇ ਆ। ਇਹਦੇ ਇਲਾਵਾ ਖੇਤਾਂ ਦੇ ਵਿੱਚ ਸ਼ਿਕਾਰੀ ਕੀੜੇ ਹੁੰਦੇ ਆ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਗਾ ਹੈਲੀਕਾਪਟਰ, ਡਰੈਗਨ ਫਲਾਈ, ਹੱਥ ਜੋੜਾ ਰੱਬ ਦਾ ਘੋੜਾ, ਪਰਿੰਡਾਂ, ਕਰਕੀਨਾ, ਹੈ ਮੱਕੜੀ, ਇਹ ਬਹੁਤ ਸਾਰੇ ਇਹ ਜਿਹੜੇ ਸ਼ਿਕਾਰੀ ਕੀੜੇ ਆ। ਪਰ ਇਹ ਸਾਰੀ ਵਿਵਸਥਾ ਕੁਦਰਤ ਦੀ ਉਦੋਂ ਕੰਮ ਕਰਦੀ ਆ ਜਦੋਂ ਤੁਸੀਂ ਪੈਸਟੀਸਾਈਡ ਮੁਕਤ ਖੇਤੀ ਕਰਦੇ ਹੋ ਅਤੇ ਕੁਦਰਤ ਦੇ ਅਨੁਰੂਪ ਵਿਰਲੀ ਖੇਤੀ ਕਰਦੇ ਹੋ। ਜਦੋਂ ਤੁਸੀਂ ਸੰਘਣੀ ਖੇਤੀ ਕਰਦੇ ਹੋ ਅਤੇ ਫਿਰ ਉਹਦੇ ਉੱਤੇ ਪੈਸਟੀਸਾਈਡ ਵਰਤਦੇ ਹੋ ਤਾਂ ਉਹਦੇ ਕਰਕੇ ਕੀ ਹੁੰਦਾ, ਜਦ ਸਪਰੇ ਜ਼ਹਿਰਾਂ ਦੀ ਕਰਦੇ ਮਿੱਤਰ ਕੀੜੇ ਪਹਿਲਾਂ ਮਰਦੇ। ਜਿਹੜੇ ਕੀੜਿਆਂ ਦੇ ਮਗਰ ਤੁਸੀਂ ਸਪਰੇ ਲੈ ਕੇ ਪਏ ਹੋਏ ਹੋ, ਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਕਹਿੰਦੇ ਹੋ, ਉਹ ਤਾਂ ਪੱਤਿਆਂ ਦੇ ਥੱਲੇ ਹੁੰਦੇ ਆ, ਜ਼ਿਆਦਾਤਰ ਲੁੱਕ ਕੇ ਰਹਿੰਦੇ ਆ। ਉਹਨਾਂ ਨੂੰ ਸ਼ਿਕਾਰੀ ਕੀੜਿਆਂ ਤੋਂ ਵੀ ਆਪਣਾ ਬਚਾਅ ਕਰਨ ਦੀ ਚਿੰਤਾ ਰਹਿੰਦੀ ਹੈ। ਪਰ ਜਿਹੜੇ ਸ਼ਿਕਾਰੀ ਕੀੜੇ ਹੁੰਦੇ ਆ ਉਹ ਤਾਂ ਘਾਤ ਲਾ ਕੇ ਪੱਤਿਆਂ ਦੇ ਉੱਤੇ ਬੈਠੇ ਹੁੰਦੇ ਆ, ਅਤੇ ਜਦੋਂ ਤੁਸੀਂ ਸਪਰੇ ਕਰੋਗੇ ਤਾਂ ਪਹਿਲਾਂ ਕੀੜੇ ਉੱਤੇ ਟਿੱਗੂਗੀ, ਤੁਹਾਡੇ ਕੰਮ ਦੇ ਕੀੜਿਆਂ ਦੇ ਉੱਤੇ। ਤਾਂ ਮਤਲਬ ਚੌਂਕੀਦਾਰ ਮਾਰਤੇ ਅਤੇ ਚੋਰਾਂ ਨੂੰ ਬਾਅਦ 'ਚ ਰੋਕਣਾ ਕਿਹਨੇ? ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਚੌਂਕੀਦਾਰਾਂ ਨੂੰ ਨਾ ਮਾਰੋ, ਤੁਸੀਂ ਚੌਂਕੀਦਾਰਾਂ ਨੂੰ ਪੂਰੀ ਤਨਖਾਹ ਦਿਓ ਅਤੇ ਤੁਹਾਡੇ ਘਰਾਂ ਨੂੰ ਚੋਰ ਨਹੀਂ ਪੈਣਗੇ, ਤੁਹਾਡੀ ਫਸਲ ਨੂੰ ਚੋਰ ਨਹੀਂ ਪੈਣਗੇ। ਦੋਸਤੋ ਇਹ ਗੱਲਾਂ ਸਮਝਣ ਵਾਲੀਆਂ। ਹੁਣ ਜੇ ਤੁਸੀਂ ਪੁਖਤਾ ਤਿਆਰੀ ਕਰ ਲਈ ਆ ਜ਼ਮੀਨ ਦੀ, ਪਿਉਪੇ ਪਿਆਪੇ ਵਾਲਾ ਮਸਲਾ ਉਹਦੇ ਨਾਲ ਨਿਬੜ ਜਾਣਾ, ਉਸ ਤੋਂ ਬਾਅਦ ਅਗਲਾ ਕੰਮ ਕੀ ਕਰਨਾ? ਹੁਣ ਇਹ ਸੁੱਕਾ ਵਾਹ ਕੇ ਡੂੰਘਾ ਵਾਹ ਕੇ ਇੱਕ ਕੰਮ ਤਾਂ ਤੁਸੀਂ ਕਰਤਾ, ਇਹ ਪਹਿਲਾ ਸਟੈਪ ਸੀ। ਦੂਜਾ ਸਟੈਪ ਕੀ ਆ, ਜਦੋਂ ਵਾਹਣ ਤਿਆਰ ਕਰਨਾ, ਠੀਕ ਹੈ, ਰੋਣੀ ਰਾਣੀ ਕੀਤੀ ਵਾਹਣ ਤਿਆਰ ਕਰ ਰਹੇ ਹੋਣ ਤਾਂ ਆਖਰੀ ਵਾਹ ਮੌਕੇ ਤੁਸੀਂ ਖੇਤ ਦੇ ਵਿੱਚ ਪ੍ਰਤੀ ਏਕੜ 2 ਕਿਲੋ ਮੈਟਾਰੀਜ਼ੀਅਮ ਐਨੀਸੋਪਲੀ, ਇਹ ਇੱਕ ਮਾਸਾਹਾਰੀ ਫੰਗਸ ਹੈ, ਅਤੇ ਦੂਸਰੀ 2 ਕਿਲੋ ਹੀ ਬਵੇਰੀਆ ਬੈਸੀਆਨਾ ਨਾਮਕ ਮਾਸਾਹਾਰੀ ਫੰਗਸ, ਇਹ ਦੋਨੇ ਮਾਸਾਹਾਰੀ ਫੰਗਸ ਆ। 2-2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੂਰੀ ਗਲੀ ਸੜੀ ਸੋਹਣੀ ਜਿਹੜੀ ਰੂੜੀ ਦੀ ਖਾਦ ਹੈ, ਜਾਂ ਗਡੋਇਆਂ ਦੀ ਖਾਦ, ਜਾਂ ਸੁੱਕੀ ਭੁਰਭੁਰੀ ਜਿਹੜੀ ਗੋਬਰ ਗੈਸ ਵਾਲੀ ਸਲਰੀ ਹੈ ਠੰਡੀ, ਉਹਦੇ ਵਿੱਚ ਮਿਕਸ ਕਰਕੇ ਤੁਸੀਂ ਜਿਹੜੀ ਹੈਗੀ ਹੈ ਆਖਰੀ ਵਾਹ 'ਤੇ ਇਹਦਾ ਛੱਟਾ ਦੇ ਕੇ ਸੁਹਾਗਾ ਮਾਰ ਦੇਣਾ ਖੇਤ ਦੇ ਵਿੱਚ। ਇਹ ਜਿਹੜੀ ਮਾਸਾਹਾਰੀ ਫੰਗਸ ਆ ਇਹ ਤੁਹਾਡੀ ਜ਼ਮੀਨ ਦੇ ਵਿੱਚ ਚਲੀ ਗਈ ਹੈ, ਜੇ ਕੋਈ ਪਿਉਪੇ ਇਹਦੇ ਸੰਪਰਕ 'ਚ ਆ ਜਾਣਗੇ ਇਹ ਉਹਨਾਂ ਪਿਉਪਿਆਂ ਨੂੰ ਬਿਮਾਰ ਖਤਮ ਕਰ ਦੇਗੀ, ਜੇ ਕੋਈ ਪਤੰਗੇ ਇਹਦੇ ਸੰਪਰਕ 'ਚ ਆ ਜਾਣਗੇ ਇਹ ਉਹਨਾਂ ਪਤੰਗਿਆਂ ਨੂੰ ਬਿਮਾਰ ਕਰਕੇ ਖਤਮ ਕਰ ਦੇਗੀ, ਜੇ ਕੋਈ ਸੁੰਡੀ ਇਹਦੇ ਸੰਪਰਕ 'ਚ ਆ ਜਾਏਗੀ ਇਹ ਦੋਨੇ ਫੰਗਸ ਆ ਉਸ ਸੁੰਡੀ ਨੂੰ ਬਿਮਾਰ ਕਰਕੇ ਖਤਮ ਕਰ ਦੇਣਗੀਆਂ। ਇਹ ਸਾਰਾ ਕੁਝ ਵੀ ਤੁਹਾਨੂੰ ਯੂਨੀਵਰਸਿਟੀ ਵਾਲੇ ਜਾਂ ਖੇਤੀਬਾੜੀ ਮਹਿਕਮੇ ਵਾਲੇ ਨਹੀਂ ਦੱਸਦੇ, ਪਤਾ ਉਹਨਾਂ ਨੂੰ ਸਭ ਕੁਝ ਹੈ, ਪਰ ਜੇ ਉਹ ਇਹ ਦੱਸਣਗੇ ਤਾਂ ਫਿਰ ਪੈਸਟੀਸਾਈਡ ਕਿਵੇਂ ਵਿਕੂਗਾ ਅਤੇ ਫਿਰ ਕਮਿਸ਼ਨ ਕਿਵੇਂ ਮਿਲੂਗਾ? ਇਹ ਵੱਡੇ ਸਵਾਲ ਹੈ ਜਿਨ੍ਹਾਂ ਨੂੰ ਮੁਖਾਤਬ ਹੋ ਕੇ ਉਹ ਤੁਹਾਨੂੰ ਪੁੱਠੀਆਂ ਪੁੱਠੀਆਂ ਕਤਿੱਤਾਂ ਸਿਖਾਉਂਦੇ ਆ ਵੀ ਆਹ ਪਾਲੋ ਆਹ ਪਾਲੋ ਆਹ ਪਾਲੋ, ਅਤੇ ਮੁੜ ਕੇ ਸਾਰਾ ਕੁਝ ਪਾਉਣ ਦੇ ਬਾਵਜੂਦ ਜਦੋਂ ਤੁਹਾਡੇ ਤੋਂ ਗੁਲਾਬੀ ਸੁੰਡੀ ਨਹੀਂ ਮਰਦੀ ਤਾਂ ਫਿਰ ਤੁਹਾਡੀ ਬਾਤ ਵੀ ਨਹੀਂ ਪੁੱਛਦੇ, ਤੁਹਾਡਾ ਫੋਨ ਵੀ ਨਹੀਂ ਚੱਕਦੇ। ਸਹੀ ਗੱਲ ਹੈ ਕਿ ਗਲਤ ਗੱਲ ਹੈ? ਤਾਂ ਹੁਣ ਇਹ 2 ਦਵਾਈਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕਾਲੀ ਚੱਕਰ ਅਤੇ ਦਮਨ ਦੇ ਨਾਂ ਨਾਲ ਮਿਲ ਜਾਣਗੀਆਂ। IPL ਕੰਪਨੀ ਦੀਆਂ ਆਉਂਦੀਆਂ, ਹੋਰ ਵੀ ਕਈ ਕੰਪਨੀਆਂ ਦੀਆਂ ਇਹ ਦਵਾਈਆਂ ਆਉਂਦੀਆਂ ਅੱਡੋ ਅੱਡ ਨਾਵਾਂ ਦੇ ਨਾਲ। ਤਾਂ ਤੁਸੀਂ ਇਹ ਦੋਨੇ ਦਵਾਈਆਂ ਪਾ ਕੇ ਜ਼ਮੀਨ ਦੀ ਤਿਆਰੀ ਕਰਨੀ ਹੈ। ਹੁਣ ਜ਼ਮੀਨ ਤੁਹਾਡੀ ਇਹ 2 ਦਵਾਈਆਂ ਪਾ ਕੇ ਇੱਕ ਤਰ੍ਹਾਂ ਨਾਲ ਕਾਫੀ ਸੁਰੱਖਿਅਤ ਹੋ ਗਈ ਹੈ ਕੀੜਿਆਂ ਦੇ ਪੱਖ ਤੋਂ। ਹੁਣ ਇਸ ਜ਼ਮੀਨ ਦੇ ਵਿੱਚ ਇੱਕ ਹੋਰ ਮਾਈਕਰੋਬੀਅਲ ਕਲਚਰ ਤੁਸੀਂ ਪਾਉਣਾ, ਜੀਵਾਣੂ ਕਲਚਰ ਪਾਉਣਾ, ਉਹਦਾ ਨਾਮ ਹੈਗਾ ਮਾਈਕੋਰਾਈਜ਼ਾ। 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕਲਚਰ ਵੀ ਤੁਸੀਂ ਉਸੇ ਤਰ੍ਹਾਂ ਹੀ ਜ਼ਮੀਨ 'ਚ ਮਿਲਾ ਦੇਣਾ ਜਿਸ ਤਰ੍ਹਾਂ ਉਹ ਦੋਨੇ ਦਵਾਈਆਂ ਮਿਲਾਈਆਂ, ਠੀਕ ਹੈ ਜੀ। ਅਤੇ ਇੱਕ ਅਗਲਾ ਜੀਵਾਣੂ ਕਲਚਰ ਹੈਗਾ ਟ੍ਰਾਈਕੋਡਰਮਾ। ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਨਰਮੇ ਨੂੰ ਉਖੇੜਾ ਪੈ ਜਾਂਦਾ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ
ਪ੍ਰਤੀ ਏਕੜ 2 ਕਿਲੋ ਟ੍ਰਾਈਕੋਡਰਮਾ ਵੀ ਆਪਣੇ ਖੇਤਾਂ ਦੇ ਵਿੱਚ ਲਾਜ਼ਮੀ ਪਾਉਣ ਜ਼ਮੀਨ ਦੀ ਤਿਆਰੀ ਕਰਦੇ ਸਮੇਂ। ਇਸ ਤਰ੍ਹਾਂ ਜਦੋਂ ਤੁਸੀਂ ਜ਼ਮੀਨ ਦੀ ਤਿਆਰੀ ਕਰਕੇ ਆਪਣੀ ਫਸਲ ਦੀ ਬਿਜਾਈ ਕਰੋਗੇ, ਕੈਮੀਕਲ ਖੇਤੀ ਵਾਲੇ ਲੋੜ ਅਨੁਸਾਰ ਘੱਟੋ ਘੱਟ DAP ਪਾ ਕੇ, ਵੱਧ DAP ਪਾਉਣ ਦੀ ਲੋੜ ਨਹੀਂ ਹੈਗੀ, ਘਟਾ ਘਟਾ ਕੇ ਪਾਓ। ਅਤੇ ਤੁਸੀਂ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਫਾਸਫੋਰਸ ਬਹੁਤ ਜ਼ਿਆਦਾ ਪਈ ਆ, ਉਹਦਾ ਵੀ ਇਸਤੇਮਾਲ ਕਰ ਸਕਦੇ ਹੋ। ਇੱਕ ਹੋਰ ਬੈਕਟੀਰੀਆ ਹੈਗਾ, ਉਹਦਾ ਨਾਂ ਹੈਗਾ PSB, ਫਾਸਫੋਰਸ ਸੋਲੇਬਲਾਈਜ਼ਿੰਗ ਬੈਕਟੀਰੀਆ। ਉਹ ਵੀ ਤੁਸੀਂ 4 ਕਿਲੋ ਪ੍ਰਤੀ ਏਕੜ ਉਸੇ ਤਰ੍ਹਾਂ ਹੀ ਜ਼ਮੀਨ ਦੇ ਵਿੱਚ ਮਿਲਾ ਦੇਣਾ ਜਿਵੇਂ ਪਹਿਲੀਆਂ ਜਵਾਨੂ ਖਾਦਾਂ ਮਿਲਾਈਆਂ। ਠੀਕ ਹੈ ਜੀ, ਇਹ ਸਾਰਾ ਕੁਝ ਮਿਲਾ ਕੇ ਜ਼ਮੀਨ ਨੂੰ ਤਿਆਰ ਕਰ ਲਓ ਅਤੇ ਤਿਆਰ ਜ਼ਮੀਨ ਦੇ ਵਿੱਚ ਆਪਦੀ ਲੋੜ ਅਨੁਸਾਰ ਘੱਟੋ ਘੱਟ DAP ਪਾ ਕੇ ਵਾਹਣ ਬਣਾ ਲਓ। ਹੁਣ ਬਣਾਏ ਹੋਏ ਵਾਹਣ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਨਾ, ਘੱਟੋ ਘੱਟ 4.5 ਬਾਏ 4.5 ਫੁੱਟ 'ਤੇ ਨਰਮੇ ਦੀ ਬਿਜਾਂਦ ਕਰੋ। ਇਹ ਕੰਮ ਤੁਸੀਂ ਮਸ਼ੀਨ ਨਾਲ ਕਰਨਾ, ਕਿਸੇ ਨਾਲ ਮਸ਼ੀਨ ਨਾਲ ਕਰ ਲਓ, ਜੇ ਤੁਸੀਂ ਹੱਥ ਨਾਲ ਕਰਨਾ ਤਾਂ ਹੱਥ ਨਾਲ ਕਰ ਲਓ। 4.5 ਬਾਏ 4.5 ਫੁੱਟ 'ਤੇ ਜੇ ਹੱਥ ਨਾਲ ਵੀ ਆਪਾਂ ਵੜੇਵੇਂ ਲਾਉਣੇ ਹੋਣ, 2-2 ਦਾਣੇ ਇੱਕ ਥਾਂ 'ਤੇ ਲਾਈ ਜਾਓ, ਅਤੇ ਮੈਨੂੰ ਨਹੀਂ ਲੱਗਦਾ ਵੀ 2.5-3 ਘੰਟਿਆਂ ਤੋਂ ਵੱਧ ਦਾ ਟਾਈਮ 1 ਏਕੜ ਦੇ ਵਿੱਚ ਲੱਗੇਗਾ 4-6 ਲੋਕਾਂ ਨੂੰ। ਠੀਕ ਹੈ ਜੀ, ਤਾਂ ਇੱਦਾਂ ਕਰਕੇ ਤੁਹਾਡਾ ਜਿਹੜਾ ਹੈਗਾ ਨਰਮੇ ਦੀ ਤੁਸੀਂ ਜਿਹੜੀ ਹੈਗੀ ਆ ਬਿਜਾਈ ਕਰੋ, ਜਿਹੜੀ ਤਿਆਰੀ ਮੈਂ ਦੱਸੀ ਆ ਇਸ ਤਿਆਰੀ ਦੇ ਹਿਸਾਬ ਨਾਲ। ਹੁਣ ਨਰਮਾ ਤਾਂ ਬੀਜਿਆ ਗਿਆ, ਅੱਗੇ ਕੀ ਕਰੀਏ ਹੋਰ ਵੀ ਪੁਖਤਾ ਤਿਆਰੀ ਰੱਖਣ ਲਈ, ਕੀੜਿਆਂ ਦੇ ਹਮਲੇ ਤੋਂ ਰੋਕਥਾਮ ਲਈ? ਬਾਰਡਰ ਆ ਜਿਹੜਾ ਖੇਤ ਦਾ, ਘੇਰੇ ਲੋਟ 1 ਸਿਆੜ ਤੁਸੀਂ ਬਾਜਰੇ ਦਾ ਬੀਜ ਦੇਣਾ। ਬਾਜਰਾ ਬਾਰਡਰ ਕਰੋਪ ਦੇ ਤੌਰ 'ਤੇ ਤੁਸੀਂ ਖੇਤ ਦੇ ਆਲੇ ਦੁਆਲੇ ਖੜ੍ਹਾ ਕਰ ਦੇਣਾ। ਬਾਜਰੇ ਦਾ ਕੱਦ 7-9 ਫੁੱਟ ਤੱਕ ਚਲਾ ਜਾਂਦਾ। ਇਹ ਗੁਆਂਢੀ ਖੇਤਾਂ 'ਚੋਂ ਆਉਣ ਵਾਲੇ ਕੀੜਿਆਂ ਲਈ ਕੰਧ ਦਾ ਕੰਮ ਕਰੇਗਾ, ਉਹ ਇਹਦੇ 'ਤੇ ਹੀ ਰੁਕ ਜਾਣਗੇ। ਅਤੇ ਇਹ ਵੀ ਭੁਲੇਖਾ ਸਿਰਜੇਗਾ ਕਿ ਇੱਥੇ ਤਾਂ ਨਰਮਾ ਅੰਦਰ ਹੈ ਹੀ ਨਹੀਂ, ਜਿਹੜਾ ਨਰਮੇ ਵਾਲਾ ਕੀੜਾ ਉਹ ਬਾਜਰਾ ਦੇਖ ਕੇ ਪਿੱਛੇ ਵੀ ਮੁੜ ਸਕਦਾ ਜਾਂ ਬਾਜਰੇ 'ਤੇ ਮੱਥਾ ਮੁੱਥਾ ਮਾਰ ਕੇ ਚਲਾ ਜਾਏਗਾ। ਤਾਂ ਤੁਸੀਂ ਕੀੜੇ ਨੂੰ ਕਨਫਿਊਜ਼ ਕਰਨ ਦੀ ਗੱਲ ਕਰ ਰਹੇ ਹੋ, ਬਾਰਡਰ ਕਰੋਪ ਲਾਤੀ ਵੀ ਕੀੜਾ ਤੁਹਾਡੇ ਖੇਤ 'ਚ ਆਵੇ ਨਾ। ਹੁਣ ਇਹਦੇ ਅੱਗੇ ਅੰਦਰ ਕੀ ਕਰਨਾ? ਇੱਕ ਤਾਂ ਬਾਰਡਰ ਕਰੋਪ ਲਾਤੀ, ਹੁਣ ਤੁਸੀਂ ਅੰਦਰ ਟਰੈਪ ਕਰੋਪ ਲਾਉਣੀ ਹੈ। ਟਰੈਪ ਕਰੋਪ ਦੇ ਤੌਰ 'ਤੇ, ਟਰੈਪ ਕਰੋਪ ਕੰਪੇਨੀਅਨ ਕਰੋਪ ਦਾ ਕੰਮ ਵੀ ਕਰੇਗੀ। ਟਰੈਪ ਕਰੋਪ ਦੇ ਤੌਰ 'ਤੇ ਤੁਸੀਂ ਖੇਤ ਦੇ ਵਿੱਚ ਹਰ 4th-5th ਓਰੇ ਦੇ ਵਿੱਚ ਮੱਕੀ ਦੇ ਜਿਹੜੀ ਹੈਗੀ ਆ ਬਿਜਾਂਦ ਕਰਨੀ ਆ। ਲਾਈਨ ਦੇ ਵਿੱਚ 5-5 ਫੁੱਟ 'ਤੇ ਮੱਕੀ ਦੇ ਬੂਟੇ ਦਾਣੇ ਗੱਡ ਦੇਣੇ ਆ। ਤਾਂ 1-1 ਦਾਣਾ 2-2 ਦਾਣੇ ਮੱਕੀ ਦੇ ਗੱਡੋ 5-5 ਫੁੱਟ ਦੀ ਦੂਰੀ 'ਤੇ ਹਰ 5th ਓਰੇ 'ਚ। ਤਾਂ ਇਹ ਜਿਹੜੀ ਮੱਕੀ ਹੈ ਇਹ ਤੁਹਾਡੇ ਨਰਮੇ ਦੇ ਨਾਲ ਹੀ ਉੱਗੇਗੀ ਅਤੇ ਹੌਲੀ ਹੌਲੀ ਗਰੋ ਕਰਦੀ ਹੋਈ ਨਰਮੇ ਤੋਂ ਉੱਪਰ ਚਲੀ ਜਾਏਗੀ। ਹੁਣ ਮੱਕੀ ਦਾ ਜਿਹੜਾ ਬਾਬੂ ਆ, ਜਦੋਂ ਮੱਕੀ ਨੂੰ ਬਾਬੂ ਨਿਕਲਦਾ, ਉਸ ਬਾਬੂ ਦੇ ਵਿੱਚੋਂ ਇੱਕ ਖਾਸ ਹਾਰਮੋਨ ਰਿਲੀਜ਼ ਹੁੰਦਾ, ਖਾਸ ਖੁਸ਼ਬੂ ਰਿਲੀਜ਼ ਹੁੰਦੀ ਹੈ। ਉਸ ਖੁਸ਼ਬੂ ਨੂੰ ਸੁੰਘਦਾ ਹੋਇਆ ਇੱਕ ਤੁਹਾਡਾ ਬੈਨੀਫਿਸ਼ੀਅਲ ਇਨਸੈਕਟ, ਤੁਹਾਡੇ ਫਸਲ ਦੀ ਰੱਖਿਆ ਕਰਨ ਵਾਲਾ ਇੱਕ ਕੀੜਾ ਕ੍ਰਾਈਸੋਪਾ, ਉਹ 3 ਕਿਲੋਮੀਟਰ ਦੇ ਘੇਰੇ ਤੋਂ ਵੀ ਤੁਹਾਡੇ ਖੇਤ 'ਚ ਆ ਜਾਂਦਾ। ਸਮਝ ਰਹੇ ਹੋ? ਹੁਣ ਕ੍ਰਾਈਸੋਪਾ ਉਹ ਕੀੜਾ ਜਿਹੜਾ ਜਦੋਂ ਤੁਸੀਂ ਨਰਮਾ ਸੀਲਦੇ ਹੁੰਦੇ ਹੋ ਨਾ, ਅਤੇ ਤੁਹਾਡੇ ਟਰੈਕਟਰ ਦੀ ਜਾਲੀ ਦੇ ਉੱਤੇ, ਮੂੰਹ ਵਾਲੀ ਜਾਲੀ ਦੇ ਉੱਤੇ ਹਰੇ ਰੰਗ ਦਾ ਪਾਰਦਰਸ਼ੀ ਚਿੱਟੇ ਖੰਭਾਂ ਵਾਲਾ ਨਿੱਕਾ ਜਿਹਾ ਕੀੜਾ ਚਿਪਕ ਜਾਂਦਾ, ਉਸ ਕੀੜੇ ਨੂੰ ਕਹਿੰਦੇ ਆ ਕ੍ਰਾਈਸੋਪਾ, ਲੇਸ ਵਿੰਗਸ ਵੀ ਉਹਦਾ ਨਾਮ ਹੈਗਾ। ਉਹ ਕੀੜਾ ਆਏਗਾ ਅਤੇ ਉਹਦੇ ਬੱਚੇ ਆ ਜਿਹੜੇ ਉਹ ਸੁੰਡੀਆਂ ਨੂੰ ਖਾਂਦੇ ਆ, ਤੇਲੇ ਚੇਪੇ ਨੂੰ ਖਾਂਦੇ ਆ, ਅਤੇ ਜੋ ਵੀ ਉਹਨਾਂ ਦੇ ਧੱਕੇ ਚੜ੍ਹ ਗਿਆ ਉਹਨੂੰ ਛੱਕ ਕੇ ਤੁਹਾਡੀ ਫਸਲ ਦੀ ਉਹ ਰੱਖਿਆ ਕਰਨ 'ਚ ਅਹਿਮ ਰੋਲ ਨਿਭਾਉਂਦੇ ਆ, ਉਹ ਵੀ ਫ੍ਰੀ ਦੇ ਵਿੱਚ।
कराई सोपा तुहाडे फुल्लां दा परागण करेगा, उन्हें फुल्लां तों जिहड़ी खुराक लई वह खुराक लैके वह आंडे रखेगा, आंडिया चो बच्चे निकल गए। कराई सोपे की खासियत यह है कि उहदी एक वरायटी एक जगह पर एक ही आंडा दिंदी है ते एक वरायटी एक जगह पर 20-25 आंडे दिंदी है। हुण जदों कराई सोपा तुहाडे खेत च आ गया उहदे आंडिया चो बच्चे निकलणगे ते उहनां बच्चों ने सुंडियां नूं तेले चेपे जो भी कीड़े हैगे आ उहनां नूं छक के तुहाडी फसल की रक्षा करनी है। ਇਹ ਆਊਗਾ ਕਾਹਦੇ ਕਰਕੇ ਵੱਡੇ ਪੱਧਰ 'ਤੇ? ਮੱਕੀ ਕਰਕੇ। ਤਾਂ ਇਸ ਕਰਕੇ ਹਰ ਪੰਜਵੇਂ ਉਰੇ 'ਚ ਇੱਕ ਹਰ 5 ਫੁੱਟ 'ਤੇ ਮੱਕੀ ਦੇ ਜਿਹੜੇ ਹੈਗੇ ਆ 2-2 ਦਾਣੇ ਬੀਜਣੇ ਆ। ਇੱਦਾਂ ਕਰਕੇ ਤੁਹਾਡੀ ਇਹ ਟਰੈਪ ਕੰਮ ਕੰਪੇਨੀਅਨ ਕਰੋਪ ਮੱਕੀ ਦੇ ਤੌਰ 'ਤੇ ਤੁਸੀਂ ਲਾ ਦਿੱਤੀ ਹੈ। ਹੁਣ ਇਹ ਕੁਝ ਸਾਰਾ ਕਰ ਲਿਆ, ਇਹਦੇ ਇਲਾਵਾ ਤੁਸੀਂ ਜਿਹੜਾ ਹੈਗਾ ਆਪਣੇ ਨਰਮੇ ਦੇ ਖੇਤਾਂ ਦੇ ਵਿੱਚ ਪ੍ਰਤੀ ਏਕੜ 5 ਬੂਟੇ ਅਰੰਡ ਦੇ ਲਾ ਦਿਓ। ਇੱਕ ਬੂਟਾ ਸੈਂਟਰ 'ਚ ਲਾਓ ਅਤੇ 4 ਬੂਟੇ ਚਾਰੇ ਕੰਨੀਆਂ 'ਤੇ ਲਾ ਦਿਓ। ਇਹ ਬੀਜ ਲਾ ਦੇਣੇ ਆ ਤੁਸੀਂ, ਨਰਮਾ ਬੀਜ ਦੇ ਸਾਰ ਹੀ। ਤਾਂ ਅਰੰਡ ਬੜੀ ਤੇਜ਼ੀ ਨਾਲ ਵੱਧਦਾ ਅਤੇ ਅਰੰਡ ਦੇ ਪੱਤਿਆਂ ਦੇ ਥੱਲੜੇ ਪਾਸੇ ਤੰਬਾਕੂ ਦੀ ਸੁੰਡੀ ਟਬੈਕੋ ਕੈਟਰਪਿਲਰ ਆਪਣੇ ਆਂਡੇ ਛੱਡਦੀ ਹੈ। ਆਂਡੇ ਦੇ ਕੇ ਉੱਤੇ ਇੱਕ ਝਿੱਲੀ ਜੀ ਬਣਾ ਦਿੰਦੀ ਹੈ ਕਰੀਮ ਕਲਰ ਦੀ ਜਾਂ ਖਾਖੀ ਜੇ ਰੰਗ ਦੀ। ਤਾਂ ਤੁਸੀਂ ਪੱਤੇ ਨੂੰ ਜਦੋਂ ਪਲਟ ਕੇ ਦੇਖੋਗੇ ਤਾਂ ਜਿੱਥੇ ਉਹ ਤੁਹਾਨੂੰ ਝਿੱਲੀ ਨਜ਼ਰ ਆ ਗਈ ਇਹਦਾ ਮਤਲਬ ਹੈ ਉਹ ਤੰਬਾਕੂ ਦੀ ਸੁੰਡੀ ਦੇ ਆਂਡੇ ਆ। ਤਾਂ ਤੁਸੀਂ ਜਦੋਂ ਖੇਤ ਜਾ ਰਹੇ ਹੋ ਤੁਹਾਨੂੰ 1.5 ਘੰਟਾ ਲੱਗਣਾ ਅਰੰਡ ਦੇ ਪੱਤਿਆਂ ਦਾ ਨਿਰੀਖਣ ਕਰਦੇ ਕਰਨ 'ਚ। ਜਿਹੜੇ ਪੱਤੇ ਨਰਮੇ ਦੇ ਬੂਟੇ ਦੇ ਬਰਾਬਰ ਆਏ ਹੋਏ ਆ ਉਹਨਾਂ ਪੱਤਿਆਂ ਨੂੰ ਪਲਟ ਕੇ ਦੇਖੋ, ਇੱਕ ਬੂਟੇ ਮਗਰ 2-3 ਪੱਤਿਆਂ 'ਤੇ ਤੁਹਾਨੂੰ ਤੰਬਾਕੂ ਦੀ ਸੁੰਡੀ ਦੇ ਆਂਡੇ ਮਿਲਣਗੇ। ਉਹ 2-3 ਪੱਤੇ ਤੋੜ ਕੇ ਉੱਥੇ ਹੀ ਜ਼ਮੀਨ ਦੇ ਵਿੱਚ ਨੱਪ ਦਿਓ। ਆਂਡੇ ਨੱਪੇ ਗਏ ਤਾਂ ਸੁੰਡੀ ਕਿੱਥੋਂ ਆਊਗੀ ਇਹ ਮੈਨੂੰ ਦੱਸੋ। ਅਤੇ ਹੁਣ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਇਹ ਕੰਮ ਜੋ ਮੈਂ ਤੁਹਾਨੂੰ ਦੱਸਦਾ ਪਿਆ ਇਹ ਪਹਿਲਾਂ ਮੈਂ ਖੇਤਾਂ ਦੇ ਵਿੱਚ ਕੀਤਾ ਹੋਇਆ ਕਰਵਾਇਆ ਹੋਇਆ। ਜਿਹੜੇ ਸਾਲ ਤੰਬਾਕੂ ਦੀ ਸੁੰਡੀ ਨੇ ਪੂਰੀ ਤਬਾਹੀ ਮਚਾ ਰੱਖੀ ਸੀ ਨਰਮੇ ਦੇ ਖੇਤਾਂ ਵਿੱਚ, ਉਸ ਸਾਲ ਜੀਦੇ ਪਿੰਡ ਦੇ ਵਿੱਚ ਇੱਕ ਖੇਤ ਦੇ ਵਿੱਚ ਮੈਂ ਇਹ ਤੋਂ ਅਰੰਡ ਦੇ ਬੂਟੇ ਲਵਾਏ ਸੀ ਅਤੇ ਉਹ ਖੇਤ ਦੇ ਵਿੱਚ ਇੱਕ ਵੀ ਸਪਰੇਅ ਨਹੀਂ ਹੋਈ ਸੀ ਤੰਬਾਕੂ ਦੀ ਸੁੰਡੀ ਨੂੰ ਲੈ ਕੇ। ਅਤੇ ਗੁਆਂਢੀਆਂ ਦੇ ਖੇਤਾਂ 'ਚ 8-8 ਸਪਰੇਆਂ ਹੋ ਗਈਆਂ ਸੀ। ਅਸੀਂ ਕੀ ਕਰਦੇ ਸੀ, ਅਸੀਂ ਜਿਹੜੇ ਪੱਤਿਆਂ 'ਤੇ ਆਂਡੇ ਹੁੰਦੇ ਸੀ ਉਹ ਪੱਤੇ ਤੋੜ ਕੇ ਦੱਬ ਦਿੰਦੇ ਹੁੰਦੇ ਸੀ। ਤਾਂ ਇਹ ਕਰਕੇ ਤੁਸੀਂ ਬਹੁਤ ਵੱਡੇ ਪੱਧਰ 'ਤੇ ਗੱਲ ਨੂੰ ਆਪਣੇ ਪੱਖ 'ਚ ਮੋੜ ਸਕਦੇ ਹੋ, ਠੀਕ ਹੈ ਜੀ। ਹੁਣ ਇਹਦੇ ਇਲਾਵਾ ਫੈਰੋਮੋਨ ਟਰੈਪਸ ਹੁੰਦੇ ਆ, ਇਹਨਾਂ ਬਾਰੇ ਵੀ ਤੁਹਾਨੂੰ ਕੋਈ ਨਹੀਂ ਦੱਸਦਾ। ਖੇਤੀਬਾੜੀ ਵਿਭਾਗ ਵਾਲਿਆਂ ਕੋਲ ਫੈਰੋਮੋਨ ਟਰੈਪਸ ਆਉਂਦੇ ਹੁੰਦੇ ਆ ਕਈ ਵਾਰੀ, ਪਰ ਬਦਕਿਸਮਤੀ ਨਾਲ ਉਹ ਟਰੈਪਸ ਖੇਤੀਬਾੜੀ ਵਿਭਾਗ ਦੇ ਚਹੇਤਿਆਂ ਨੂੰ ਤਾਂ ਮਿਲ ਜਾਂਦੇ ਆ, ਕਿਸੇ ਕਿਸੇ ਬੰਦੇ ਨੂੰ ਜਿਹੜੇ ਉਹਨਾਂ ਦੇ ਚਹੇਤੇ ਹੁੰਦੇ ਆ ਬਾਹਲੀ ਅਗਾਂਹ ਵਧੂ ਫਾਰਮਰ ਹੁੰਦੇ ਆ, ਬੇਜ਼ਮੀਰੇ ਟਾਈਪ ਫਾਰਮਰ ਹੁੰਦੇ ਆ, ਉਹਨਾਂ ਨੂੰ ਤਾਂ ਉਹ ਮਿਲ ਜਾਂਦੇ ਆ। ਪਰ ਜਿੰਨਾ ਬਾਕੀ ਮਾਲ ਹੁੰਦਾ ਉਹ ਸਾਰਾ ਉਹ ਕਾਠ ਮਾਰ ਕੇ ਰੱਖਦੇ ਆ ਅਤੇ ਕਿਸਾਨਾਂ ਤੱਕ ਪਹੁੰਚਾਉਂਦੇ ਨਹੀਂ। ਤਾਂ ਉਹ ਜਿਹੜੇ ਫੈਰੋਮੋਨ ਟਰੈਪਸ ਹੈਗੇ ਆ ਗੁਲਾਬੀ ਸੁੰਡੀ ਦੇ ਵੀ ਆਉਂਦੇ ਆ, ਤੰਬਾਕੂ ਦੀ ਸੁੰਡੀ ਦੇ ਵੀ ਆਉਂਦੇ ਆ, ਅਮਰੀਕਨ ਸੁੰਡੀ ਦੇ ਵੀ ਆਉਂਦੇ ਆ, ਚਿੱਟੇ ਮੱਛਰ ਵਾਸਤੇ ਵੀ ਆਉਂਦੇ ਆ, ਥ੍ਰਿਪਸ ਵਾਸਤੇ ਵੀ ਆਉਂਦੇ ਆ। ਜਿਹੜੇ ਸੁੰਡੀਆਂ ਵਾਸਤੇ ਆਉਂਦੇ ਆ ਉਹ ਫੈਰੋਮੋਨ ਟਰੈਪਸ ਹੁੰਦੇ ਆ, ਅਤੇ ਜਿਹੜੇ ਰਸ ਚੂਸਕ ਕੀੜਿਆਂ ਵਾਸਤੇ ਆਉਂਦੇ ਆ ਉਹ ਸਟਿੱਕੀ ਟਰੈਪਸ ਹੁੰਦੇ ਆ, ਚਿੱਟੇ ਮੱਛਰ ਵਾਸਤੇ ਵੀ ਆਉਂਦੇ ਆ, ਥ੍ਰਿਪਸ ਵਾਸਤੇ ਵੀ ਆਉਂਦੇ ਆ, ਅਤੇ ਹਰੇ ਤੇਲੇ ਵਾਸਤੇ ਵੀ ਆਉਂਦੇ ਆ। ਪਰ ਇਹ ਸਾਰਾ ਕੁਝ ਤੁਹਾਨੂੰ ਕੋਈ ਨਾ ਤਾਂ ਦੱਸਦਾ ਅਤੇ ਨਾ ਕੋਈ ਦਿੰਦਾ ਅਤੇ ਨਾ ਤੁਸੀਂ ਲੈ ਕੇ ਆਉਂਦੇ ਹੋ। ਜੇ ਮਹਿਕਮਾ ਨਹੀਂ ਦਿੰਦਾ ਤਾਂ ਬਾਜ਼ਾਰ 'ਚੋਂ ਵੀ ਇਹ ਮਿਲ ਜਾਂਦੇ। ਇਹਨਾਂ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੀ ਫਸਲ ਦੇ ਵਿੱਚ ਆਪਣੀ ਫਸਲ ਨੂੰ ਕੀੜਿਆਂ ਤੋਂ ਮੁਕਤ ਰੱਖ ਸਕਦੇ ਹੋ, ਕੀੜਿਆਂ ਦੇ ਹਮਲੇ ਤੋਂ ਬਚਾ ਸਕਦੇ ਹੋ। ਹੁਣ ਫੈਰੋਮੋਨ ਟਰੈਪ ਲਾਉਣੇ ਹੋ ਤਾਂ ਉਹਦਾ ਤੁਹਾਨੂੰ ਫਾਇਦਾ ਕੀ ਹੋਣਾ? ਇਹ ਫੈਰੋਮੋਨ ਟਰੈਪ
ਤੁਸੀਂ ਜਿਹੜਾ ਤਸਵੀਰ ਦੇ ਵਿੱਚ ਦੇਖ ਰਹੇ ਹੋ ਆਪਣੀ ਸਕਰੀਨ ਤੇ, ਇਹਦੇ ਉੱਪਰਲੇ ਹਿੱਸੇ ਦੇ ਵਿੱਚ ਕੌਲੀ ਜੀ ਦੇ ਥੱਲੇ ਇੱਕ ਕੈਪਸੂਲ ਲੱਗ ਜਾਂਦਾ, ਉਹਨੂੰ ਲਿਊਰ ਕਹਿੰਦੇ ਆ। ਲਿਊਰ ਇਹ ਇੱਕ ਫੀਮੇਲ ਹਾਰਮੋਨ ਹੁੰਦਾ। ਮਾਦਾ ਪਤੰਗਾ ਮੇਲ ਮਿਲਾਪ ਵਾਲੇ ਦਿਨਾਂ 'ਚ ਇੱਕ ਖੁਸ਼ਬੂ ਰਿਲੀਜ਼ ਕਰਦੀ ਹੈ। ਉਸ ਖੁਸ਼ਬੂ ਨੂੰ ਸੁੰਘਦੇ ਹੋਏ ਨਰ ਪਤੰਗੇ ਦੂਰੋਂ ਦੂਰੋਂ ਮਾਦਾ ਵੱਲ ਚੱਲ ਪੈਂਦੇ ਆ। ਤਾਂ ਉਹੀ ਖੁਸ਼ਬੂ ਜਿਹੜੀ ਹੈਗੀ ਆ, ਉਹੀ ਹਾਰਮੋਨ ਇਸ ਲਿਊਰ ਦੇ ਉੱਤੇ ਕੋਟ ਕੀਤਾ ਹੁੰਦਾ ਅਤੇ ਅਸੀਂ ਟਰੈਪ ਦੇ ਵਿੱਚ ਉਹਨੂੰ ਲਾ ਦਿੰਦੇ ਹਾਂ। ਤਾਂ ਜਿਹੜੇ ਨਰ ਪਤੰਗੇ ਆ ਉਹ ਇਸ ਭੁਲੇ ਖਿੱਚ ਕੇ ਸਾਨੂੰ ਇੱਧਰ ਮਾਦਾ ਮਿਲੂਗੀ ਮੇਲ ਕਰਨ ਵਾਸਤੇ, ਉਹ ਉੱਧਰ ਨੂੰ ਚੱਲ ਪੈਂਦੇ ਆ। ਟਰੈਪ ਵੱਲ ਤੇਜ਼ੀ ਨਾਲ ਆਉਂਦੇ ਆ, ਕੈਪਸੂਲ ਨਾਲ ਟਕਰਾਉਂਦੇ ਆ ਅਤੇ ਥੱਲੇ ਜਿਹੜਾ ਇਹਦੇ ਆ ਲਿਫਾਫਾ ਜਿਹਾ ਲੱਗਿਆ ਹੋਇਆ ਉਹਦੇ 'ਚ ਡਿੱਗ ਪੈਂਦੇ ਆ ਅਤੇ ਫਿਰ ਉਹਦੇ 'ਚੋਂ ਉਹ ਬਾਹਰ ਨਹੀਂ ਨਿਕਲ ਪਾਉਂਦੇ। ਹੁਣ ਨਰ ਪਤੰਗੇ ਉਹਦੇ ਵਿੱਚ ਟਰੈਪ ਹੋ ਗਏ ਆ, ਮਤਲਬ ਮਾਦਾ ਨਾਲ ਮੇਲ ਹੋਇਆ ਨਹੀਂ ਤਾਂ ਮਾਦਾ ਆਂਡੇ ਕਿਵੇਂ ਦਿਓ? ਇਹ ਸਮਝਣ ਵਾਲੀ ਗੱਲ ਆ ਕਿ ਨਹੀਂ? ਹੁਣ ਮਾਦਾ ਆਂਡਿਆਂ ਤੋਂ ਵਾਂਝੀ ਰਹਿ ਗਈ। ਇੱਕ ਨਰ ਦੀ ਕਪੈਸਿਟੀ 500 ਅੰਡਾ ਦੇਣ ਦੀ ਹੈ, 500 ਮਾਦਾ ਨਾਲ ਮੇਲ ਕਰਨ ਦੀ ਹੈ। ਇੱਕ ਨਰ ਦੀ ਕਪੈਸਿਟੀ 500 ਮਾਦਾ ਪਤੰਗਿਆਂ ਨਾਲ ਮੇਲ ਕਰਨ ਦੀ ਹੈ ਅਤੇ ਇੱਕ ਮਾਦਾ ਪਤੰਗਾ 50 ਤੋਂ ਲੈ ਕੇ 250 ਅੰਡੇ ਦੇਣ ਦੇ ਸਮਰੱਥ ਹੁੰਦੀ ਹੈ। ਅਤੇ ਜੇ ਤੁਸੀਂ ਇੱਕ ਨਰ ਟਰੈਪ ਕੀਤਾ ਤਾਂ ਇਹਦਾ ਮਤਲਬ ਹੈ ਤੁਸੀਂ 500 ਮਾਦਾ ਨੂੰ ਆਂਡੇ ਦੇਣ ਤੋਂ ਆਰੀ ਕਰਤਾ। ਤਾਂ ਇਹ ਟਰੈਪ ਲਾ ਕੇ ਵੀ ਤੁਸੀਂ ਬਹੁਤ ਵੱਡੇ ਪੱਧਰ 'ਤੇ ਆਪਣੀ ਨਰਮੇ ਦੀ ਖੇਤੀ ਨੂੰ ਕੀੜਿਆਂ ਦੇ ਹਮਲੇ ਤੋਂ ਸੁਰੱਖਿਅਤ ਕਰ ਸਕਦੇ ਹੋ। ਇਹ ਟਰੈਪ ਤੁਹਾਨੂੰ ਮਿਲਣ, ਟ੍ਰਾਈਕੋਗ੍ਰਾਮਾ ਕਾਰਡ ਤੁਹਾਨੂੰ ਮਿਲਣ, ਇਹਦੀ ਜਿਹੜੀ ਹੈਗੀ ਹੈ ਡਿਮਾਂਡ ਹੁਣੇ ਤੋਂ ਜਿਹੜੀ ਹੈਗੀ ਹੈ ਨਾ ਹੁਕਮ ਦੇ ਰੂਪ 'ਚ ਕਰੋ। ਕੀ ਤੋਂ ਕਰੋ? ਖੇਤੀਬਾੜੀ ਯੂਨੀਵਰਸਿਟੀ ਟ੍ਰਾਈਕੋਗ੍ਰਾਮਾ ਕਾਰਡ ਬਣਾਉਂਦੀ ਆ, ਉਹਨਾਂ ਨੂੰ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ 10-12 ਲੱਖ ਏਕੜ ਦੇ ਆਸੇ ਪਾਸੇ ਨਰਮੇ ਦੀ ਕਾਸ਼ਤ ਹੁੰਦੀ ਹੈ ਅਤੇ ਘੱਟੋ ਘੱਟ 30-40 ਲੱਖ ਟ੍ਰਾਈਕੋਗ੍ਰਾਮਾ ਕਾਰਡ ਬਣਾ ਕੇ ਕਿਸਾਨਾਂ ਤੱਕ ਪਹੁੰਚਦੇ ਕਰੇ। 40 ਰੁਪਏ ਦਾ ਇੱਕ ਕਾਰਡ ਕਿਸਾਨਾਂ ਨੂੰ ਯੂਨੀਵਰਸਿਟੀ 'ਚੋਂ ਪਹਿਲਾਂ ਹੀ ਮਿਲਦਾ ਪਿਆ। ਤਾਂ ਯੂਨੀਵਰਸਿਟੀ ਇਹ ਵੱਡੇ ਪੱਧਰ 'ਤੇ ਬਣਾਵੇ, ਉਹ ਤੋਂ ਇਕੱਲੀ ਤੋਂ ਨਹੀਂ ਬਣਦੇ ਤਾਂ ਕਿਤੋਂ ਵੀ ਬਣਵਾਵੇ। ਅਤੇ ਟ੍ਰਾਈਕੋਗ੍ਰਾਮਾ ਕਾਰਡ ਉਹ ਕੀੜੇ ਦੇ ਆਂਡੇ ਹੁੰਦੇ ਆ ਉਸ ਕਾਰਡ 'ਤੇ ਲੱਗੇ, ਜਿਹੜਾ ਕੀੜਾ ਸੁੰਡੀਆਂ ਦੇ ਆਂਡਿਆਂ 'ਚ ਆਂਡੇ ਦੇ ਕੇ ਸੁੰਡੀਆਂ ਨੂੰ ਖਤਮ ਕਰਦਾ, ਆਂਡਿਆਂ ਨੂੰ ਹੀ ਖਤਮ ਕਰ ਦਿੰਦਾ ਅਤੇ ਸੁੰਡੀ ਨਿਕਲਣੀ ਕਿੱਥੇ ਆ। ਤਾਂ ਟ੍ਰਾਈਕੋਗ੍ਰਾਮਾ ਕਾਰਡ ਯੂਨੀਵਰਸਿਟੀ ਬਣਾਵੇ ਅਤੇ ਕਿਸਾਨਾਂ ਤੱਕ ਪਹੁੰਚਦੇ ਕਰੇ, ਇਹ ਹੁਕਮ ਕਰੋ ਯੂਨੀਵਰਸਿਟੀ ਨੂੰ। ਮਹਿਕਮੇ ਨੂੰ ਹੁਕਮ ਕਰੋ ਕਿ ਸਾਨੂੰ ਫੈਰੋਮੋਨ ਟਰੈਪ ਜਿੰਨੇ ਚਾਹੀਦੇ ਆ ਉਨੇ ਉਪਲਬਧ ਕਰਾਓ। 25 ਟਰੈਪ ਪ੍ਰਤੀ ਏਕੜ ਚਾਹੀਦੇ ਹੁੰਦੇ ਆ। ਨਾ ਤਾਂ ਯੂਨੀਵਰਸਿਟੀ ਤੁਹਾਨੂੰ ਮਾਈਕਰੋਬੀਅਲ ਕਲਚਰ ਬਣਾ ਕੇ ਦਿੰਦੀ ਹੈ, ਨਾ ਤੁਹਾਨੂੰ ਬਣਾਉਣੇ ਸਿਖਾਉਂਦੀ ਹੈ, ਨਾ ਖੇਤੀਬਾੜੀ ਮਹਿਕਮਾ ਤੁਹਾਨੂੰ ਟਰੈਪ ਦਿੰਦਾ ਅਤੇ ਨਾ ਤੁਹਾਨੂੰ ਟਰੈਪਾਂ ਬਾਰੇ ਜਾਣਕਾਰੀ ਦਿੰਦਾ। ਅਤੇ ਫਿਰ ਇਹਨਾਂ ਤੋਂ ਜੱਕਾ ਧਕਾਉਣਾ ਸੀ? ਇਹ ਸਿਸਟਮ ਜਿਹੜਾ ਹੈਗਾ ਤੁਹਾਡੇ ਲਈ ਨਹੀਂ ਕੰਮ ਕਰ ਰਿਹਾ, ਉਹਨਾਂ ਕੰਪਨੀਆਂ ਲਈ ਕੰਮ ਕਰ ਰਿਹਾ ਜਿਨ੍ਹਾਂ ਤੋਂ ਇਹ ਕਮਿਸ਼ਨ ਖਾਂਦਾ, ਜਿਨ੍ਹਾਂ ਦੀ ਇਹ ਬਾਜਰੀ ਖਾਂਦਾ। ਜੇ ਤੁਸੀਂ ਆਪਣਾ ਆਪ ਬਚਾਉਣਾ ਚਾਹੁੰਦੇ ਹੋ, ਆਪਣੀ ਖੇਤੀ ਨੂੰ ਬਚਾਉਣਾ ਚਾਹੁੰਦੇ ਹੋ, ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਸੁਰੱਖਿਅਤ ਹੋਣ ਨਾਲ ਮੈਂ ਵੀ ਸੁਰੱਖਿਅਤ ਹਾਂ, ਸਾਰੀ ਲੋਕਾਈ ਸੁਰੱਖਿਅਤ ਆ, ਤੁਹਾਡੀ ਪੂਰੀ ਸ੍ਰਿਸ਼ਟੀ ਸੁਰੱਖਿਅਤ ਆ, ਤਾਂ ਇਸ ਸਿਸਟਮ ਦੇ ਗਲ 'ਚ ਗੂਠਾ ਦੇ ਕੇ, ਇਹਨਾਂ ਦੇ ਗਲ 'ਚ ਸਾਫਾ ਪਾ ਕੇ, ਇਹਨਾਂ ਤੋਂ ਆਪਣੇ ਜਿਹੜੇ ਸਾਨੂੰ ਜ਼ਰੂਰੀ ਚਾਹੀਦੇ ਆ ਉਹ ਸਾਰੇ ਕੰਮ ਕਰਾਓ, ਆਪਣੀ ਲੋੜ ਦੇ ਕੰਮ ਕਰਾਓ। ਇਹ ਕੰਪਨੀਆਂ ਦੀ ਲੋੜ ਦੇ ਕੰਮ ਕਰਦੇ ਆ ਅਤੇ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹੋ। ਇਹਨਾਂ ਤੋਂ ਬਚ ਜਾਓ। ਬਾਕੀ ਦੀ ਗੱਲ ਜਿਹੜੀ ਹੈਗੀ ਆ ਇਸ ਸੰਬੰਧ ਦੇ ਵਿੱਚ ਕਦੇ ਫੇਰ ਕਰਾਂਗੇ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆ, ਪਤਾ ਨਹੀਂ ਕਿੰਨੇ ਲੋਕ ਇਹਨੂੰ ਸੁਣਨਗੇ, ਕਿੰਨੇ ਇਹਦਾ ਲਾਹਾ ਲੈਣਗੇ, ਪਰ ਮੇਰਾ ਫਰਜ਼ ਬਣਦਾ ਸੀ ਜੋ ਜਾਣਕਾਰੀ ਮੇਰੇ ਕੋਲ ਹੈਗੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਕਰ ਚੁੱਕਿਆਂ
होर भी करांगा अगली वीडियो च। सो जे ठीक लगे तो इस जानकारी नूं वध तों वध किसानां तक पहुँचदी करियो, कट्ठे किसानां नूं बिठा के इहनूं वड्डी स्क्रीन ते चलाओ 40 मिंटां दी इस गल्लबात नूं, तां कि लोकां दे खोपड़ खुल सकण। वीडियो नूं लाइक करियो, चैनल नूं सबसक्राइब कर लियो, बैल आइकॉन ते क्लिक कर दियो, अपना फेसबुक पेज आ उहनूं भी लाइक शेयर फॉलो अते रिकमेंड करना ना भुल्लियो। अज लई इन्ना ही, तुहाडा सारिआं दा बहुत बहुत धन्नवाद, सत श्री अकाल।